लगती है। गिरे अंग भंगम दवंग जान दंगम, गिरे अंग भंगम, अंग भंग होके गिरी जाते ने, दवंग जान दंगम। दबंग जान दंगम, जेड़े दंग दबंग जान दंगम, तगड़े हो गए जेड़े दंगा कर रहे ने ना, जेड़े तगड़े हो गए लड़ रहे ने, दबंग कहते ने तगड़ा हो गए जेड़ा लड़ता है, हावी होने वास्ते लड़ता है, उन्होंने ही अंग भंग होंगे ने, उन्होंने ही बाह टुटन गया, वो जेड़ा लड़ू लत्ता बाह उ बनाऊगा, जेड़ा चुप करके बह गया उन्होंने तो कोई तकलीफ नहीं, वह तो अपना देखते हैं तमाशा देखते हैं, इन्हों का दो अनाल ही ना चाहे उन्होंने, वो कहते कानू तुम एवं रौला पाने इतने इतों जितने कुछ नहीं है भाई, उन्होंने ता नहीं कहते भी वह कहे भी तुम सू डिसार्ड करते हो, कहते चलो इन्हों ला लैन दो जोर कोई नहीं, कलंकार छुटे चलंकार उठे, जब इतों कड़कता सवाल का जवाब जाता ना, जेडे बैठे ने उन्होंने तो आंदा आनंद, चिरंकार उठे उन्होंने आनंद आता है, हूँ आ गया सवाल गल का जवाब लैके, जो बह जाते चो अपने अंदर ही कहते बोलते नहीं है ना, वो भी आ लै ला तू, तू भी ला ला भरोसा, उन्होंने कड़क दे के बजती है, देखो उन्होंने तो जिदे पी कड़ाका पैदा, जेडे बैठे ने उन्होंने आनंद आता है, चिलंकार छूट है उठे, दो ग्रुप इन्हें जो हो गए ना, दो ग्रुप कटा कट वाहे उबे जीत चाहे, कटा कट वह भी सवाल करते ने फटाफट, और बड़े काले ने भी साड़ी जित हो जाए, ऐ काले काले सवाल करते ने भी कोई सवाल तो अड़े, जिते अड़जू असी रौला पा देंगे, वो जिम्मे ओदा कहिंदे ने उन्हें तो क्या भी चल सदाई है, वो जिहड़ा अपना सीगा की सी ओदा नाम दित्त सिंह, ਉਹਦੇ ਨਾਲ ਅੜਜੀ ਪਿਆ ਸੀ ਨਾ ਆਪਣੇ ਦਿਆਨੰਦ ਨਾਲ, ਦਿਆਨੰਦ ਨੇ ਇਹਦੇ ਨਾਲ ਕਾਹਨੂੰ ਮਗਜ ਮਾਰਨੇ ਪਾਗਲ, ਉਹ ਚੁੱਪ ਕਰਕੇ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਰੌਲਾ ਪਈ ਜਾਂਦੇ ਨੇ, ਇੱਕ ਗੱਲ ਨੀ ਉਹਦੇ ਕੋਲ ਹੈ ਗੁਰਮਤਿ ਇੱਕ ਗਿਆਨ ਨੀ, ਉਹਦਾ ਆਪ ਹਿੰਦੂ ਸੀ, ਹਿੰਦੂਆਂ ਚੋਂ ਆਇਆ ਸੀ, ਹਾਂ ਹੁਣ ਜੇ ਕੋਈ ਪ੍ਰਚਾਰਕ ਸਿੱਖਾਂ ਦਾ ਦੂਏ ਪ੍ਰਚਾਰਕ ਦੇ ਮਗਰ ਪੈ ਜਾਵੇ ਮੈਨੂੰ ਸਮਝਾ ਕੀ ਹੈ, ਸਮਝਦੇ ਤਾਂ ਦੋਏ ਨੀ, ਜਿੱਤਿਆ ਉਹ ਹੁੰਦਾ ਹੈ ਜਿਹੜਾ ਸਵਾਲ ਮੈਂ ਕਰਦਾ ਉਹਦਾ ਜਵਾਬ ਮੇਰੇ ਕੋਲ ਹੋਵੇ, ਮੇਰੇ ਕੋਲ ਵੀ ਜਵਾਬ ਨਹੀਂ ਹੈ ਉਹਦੇ ਕੋਲ ਵੀ ਜਵਾਬ, ਮੇਰੀ ਕਦੀ ਜਿੱਤ ਹੋਈ, ਕਦੀ ਜਿੱਤ ਹੋਈ, ਜੇ ਉਹਨੇ ਰੌਲਾ ਪਾਇਆ ਉਦੋਂ ਕਿ ਟੀਕਾ ਜਿਹੜਾ ਗਲਤ ਹੋ ਰਿਹਾ, ਟੀਕਾ ਤਾਂ ਗਲਤ ਸੀ ਆਪ ਟੀਕਾ ਕਰ ਦਿੰਦਾ ਸਵਾਦ ਤਾਂ ਸੀ, ਰੌਲਾ ਪਾਉਣ ਦਾ ਕੀ ਫਿਰ, ਰੌਲਾ ਸਾਹਿਬ ਸਾਹਿਬ ਨੇ ਵੀ ਪਾਇਆ, ਰੌਲਾ ਪਾਉਣ ਤਾਂ ਹੋਰ ਵੀ ਸੀ, ਉਹਨੇ ਟੀਕਾ ਤਾਂ ਜਾਂ ਕੀਤਾ ਉਹਦੀ ਉਹ ਨਕਲ ਕਰਤੀ, 95% ਉਸਦੇ ਦੀ ਨਕਲ ਕਰਕੇ ਰੱਖਤੀ, ਜਿਹੜੀ ਉਹ ਕਹਿੰਦਾ ਮੈਂ ਬਣਾਈ ਵਿਆਕਰਨ, ਉਹਦੇ ਤੇ ਚੱਲੇ ਨਹੀਂ ਸਕਿਆ, ਉਹਦੇ ਤੇ ਚੱਲੇ ਨਹੀਂ ਹੁੰਦਾ ਵਿਆਕਰਨ ਦੇ ਕੇ ਮੈਂ ਚੱਲ ਜਾਂਦਾ, ਜਿੰਨਾ ਉਹ ਆਦਮੀ ਚੱਲ ਸਕਦਾ ਜਿਹਨੂੰ ਅਟਰੈਕ ਦਾ ਪਤਾ ਹੋਵੇ, ਜਿਹੜਾ ਅਟਰੈਕ ਹੋਣਾ ਨਾ ਆਪਣੇ ਕੋਲ, ਇਹ ਟਰੈਕ ਦੇ ਵਿਆਕਰਨ ਤੇ ਚੱਲ ਸਕਦਾ ਆਦਮੀ, ਉਹ ਟਰੈਕ ਚੱਲੇ ਨਹੀਂ ਸਕਦਾ ਕਿਵੇਂ ਚੱਲ ਜੂਗਾ, ਇਹ ਤਾਂ ਹਿੰਦੂ ਮਤ ਵਾਲਾ ਟਰੈਕ ਹੈ ਸਾਰਾ, ਪਹਿਲਾਂ ਤਾਂ ਤਿੰਨ ਜਿਲੇ ਪ੍ਰਮਾਣੇ ਕਹੀ ਜਾਂਦਾ, ਤਿੰਨ ਲਫ਼ਜ਼ ਨਹੀਂ ਹੈ ਸਾਰੀ ਗੁਰਬਾਣੀ 'ਚ, ਤਿੰਨ ਸ਼ਬਦ ਸਾਰੀ ਗੁਰਬਾਣੀ 'ਚ, ਤੀਨ ਹੈ ਲਫ਼ਜ਼ ਥਰੀ ਵਾਸਤੇ ਗਿਣਤੀ ਦੇ ਜਿਹੜੇ ਤਿੰਨ ਆਪਾਂ ਕਹਿੰਦੇ ਹਾਂ ਪੰਜਾਬੀ 'ਚ, ਉਹ ਤਿੰਨ ਲਫ਼ਜ਼ ਨਹੀਂ ਲਿਖਿਆ ਹੋਇਆ, ਤੀਨ ਆਇਆ ਉਹਦੇ ਵਾਸਤੇ, ਜਾਂ ਤਰਾਇਆ ਆਇਆ ਹੋਇਆ, ਹਾਂਜੀ ਕਟਾ ਕੱਟ ਵਾਹੈ ਉਭੈ ਜੀਤ ਚਾਹੈ, ਇਹਦਾ ਮਤਲਬ ਆ ਉਹ ਬ੍ਰਹਮਾ ਵਿਸ਼ਨੂੰ ਸ਼ਿਵਜੀ ਤੋਂ ਪ੍ਰਭਾਵਿਤ ਸੀ, ਬ੍ਰਹਮਾ ਵਿਸ਼ਨੂੰ ਸ਼ਿਵਜੀ ਤੋਂ ਪ੍ਰਭਾਵਿਤ ਸੀ, ਤਿੰਨ ਚੇਲੇ ਪ੍ਰਮਾਣ, ਫਿਰ ਇੱਕ ਸੰਸਾਰੀ, ਇੱਕ ਦੇ ਕੱਕੇ ਨੂੰ ਔਕੜਾ, ਇੱਕ ਸੰਸਾਰੀ ਇੱਕ ਪਟਾਰੀ, ਉਹੀ ਇੱਕ ਪਟਾਰੀ ਹੈ, ਉਹੀ ਇੱਕ ਲਾਏ ਵੀ ਦੀਵਾਨ, ਚਲੋ ਜੇ ਆਪਾਂ ਤਿੰਨ ਨਾਂ ਵੀ ਬਣੀਏ, ਜੰਮਣਾ ਮਰਨਾ ਜਦ ਹੁਕਮ ਹੈ, ਜੰਮਣਾ ਮਰਨਾ ਹੁਕਮ ਹੈ, ਦੋ ਤਾਂ ਆ ਗਏ ਨਾ ਹੁਕਮ 'ਚ, ਜੰਮਣਾ ਮਰਨਾ, ਸ਼ਿਵਜੀ ਵੀ ਆ ਗਿਆ ਪੈਦਾ ਕਰਨ ਵਾਲਾ, ਬ੍ਰਹਮਾ ਵੀ ਆ ਗਿਆ, ਬ੍ਰਹਮਾ ਔਰ ਸ਼ਿਵਜੀ ਦਾ ਹੁਕਮ ਆ ਗਏ, ਇੱਕ ਵਜੇ ਨਾ ਫਿਰ ਉਹ ਜੰਮਣ ਮਰਨਾ ਹੁਕਮ ਹੈ, ਦੋ ਤਾਂ ਹੁਕਮ ਦੇ ਵਿੱਚ ਆ ਗਏ, ਤੀਆ ਵੀ ਹੁਕਮ ਦੇ ਵਿੱਚ ਆ, ਪਾਲਣਾ ਵੀ ਇਸੇ ਨਾਲ ਹੁੰਦੀ ਹੈ, ਉਹ ਸੁੱਤਾ ਪਿਆ ਸੀਗਾ ਸਾਹਿਬ ਸਿੰਘ, ਇਹ ਵਿਦਵਾਨ ਸੁੱਤੇ ਹੀ ਪਏ ਨੇ ਸਾਰੇ, ਕਹਿੰਦੇ ਸਾਹਿਬ ਸਿੰਘ ਨੂੰ ਪੰਡਿਤ ਕਹਿੰਦਾ, ਪੰਡਿਤ ਨਹੀਂ ਤਾਂ ਹੋਰ ਕੀ ਸੀ, ਪੰਡਿਤ ਤੋਂ ਪ੍ਰਭਾਵਿਤ ਸੀ ਤਾਂ ਤਿੰਨ ਚੇਲੇ ਪ੍ਰਮਾਣ ਕਹਿਤਾ ਉਹਨੇ ਉੱਥੇ,
ਹੁਣ ਤੇ ਸਾਰੇ ਵਿਦਵਾਨ ਤਿੰਨ ਚੇਲੇ ਪ੍ਰਵਾਨ ਕਹਿੰਦੇ ਨੇ, ਤਿੰਨੀ ਚੇਲੇ ਪ੍ਰਵਾਨ ਜਿੰਨੇ ਜੀਵ ਪੈਦਾ ਕੀਤੇ ਨੇ ਸਾਰੇ ਹੀ ਉਹਦੇ ਚੇਲੇ ਨੇ, ਤਾਂ ਗੁਰੂ ਹੈ ਉਹ। ਸਾਰੇ ਜੀਵਾਂ ਨੂੰ 84 ਲੱਖ ਪੌੜੀ ਚੜਾਈ ਹੈ, ਹੁਣ ਆਦਮੀ ਚੜ੍ਹਦਾ ਆਦਮੀ ਗੁਰੂ ਆਪ ਬਣ ਜਾਂਦਾ ਕਦੇ ਕਦੇ, ਉਸ ਹੁਕਮ ਨੂੰ ਗੁਰੂ ਨਹੀਂ ਮੰਨਦਾ ਆਦਮੀ, ਜਿਹਨੇ ਪਿੱਛੋਂ ਲੈਂਦਾ ਚੜਾ ਕੇ ਉਹਨੂੰ ਗੁਰੂ ਮੰਨਣ ਤੇ ਹਟ ਗਿਆ, ਮੁਨਕਰ ਹੋ ਗਿਆ ਇਹਨੇ ਆਪਣੀ ਮਰਜ਼ੀ ਦਾ ਗੁਰੂ ਬਣਾ ਲਿਆ। ਹੁਣ ਜਾਇ ਜਾਇ ਨੂੰ ਗੁਰੂ ਚਾਹੀਦਾ ਉਹ ਜਾਇ ਆਪਣਾ ਬਣਾ ਲੈਂਦਾ। ਹਾਂਜੀ, ਮਹਾਮਦ ਮਾਤੇ ਤਪੇ ਤੇਜ ਤਾਤੇ, ਮਹਾਮਦ ਮਾਤੇ ਮਹਾਂਕਾਰੀ ਹੋ ਗਏ, ਤਾਂ ਹੀ ਤਾਂ ਇਹਨੇ ਤੇਜ ਜਿਹੜੀ ਹੈਗੀ ਹੈ ਕ੍ਰੋਧ ਨਾਲ ਤਪੇ ਹੋਏ ਨੇ। ਜਿਹੜੇ ਮਹਾਮਦ ਮਾਤੇ ਨੇ ਉਹਨਾਂ ਨੂੰ ਕ੍ਰੋਧ ਚੜ੍ਹਦਾ, ਗੁੱਸਾ ਚੜ੍ਹਦਾ, ਤਪੇ ਤੇਜ ਤਾਤੇ ਤਪਦੇ ਨੇ ਉਹ ਗੁੱਸੇ ਨਾਲ ਤੇਜ ਨਾਲ, ਆਪਣੇ ਗਿਆਨ ਨਾਲ ਤਪਦੇ ਨੇ ਉਹ। ਗਿਆਨ ਵੀ ਅਹੰਕਾਰ ਪੈਦਾ ਕਰਦਾ, ਕ੍ਰੋਧ ਕਰਦਾ, ਜਾਂ ਗਿਆਨ ਘੱਟ ਹੁੰਦਾ ਗੁੱਸਾ ਹੁੰਦਾ ਕਈਆਂ ਨੂੰ। ਰਸੰਗ ਰੁਦਰ ਰਾਚੇ ਉਭੇ ਯੁੱਧ ਮਾਚੇ, ਹਾਂ ਰਸੰਗ ਰੁਦਰ ਰਾਚੇ ਜਿਹੜੇ ਰੁਦਰ ਦੇ ਰਸ ਵਿੱਚ ਰਚਦੇ ਨੇ, ਜਿਹਨਾਂ ਨੂੰ ਇਹ ਹੈ ਬਈ ਜਿਹੜਾ ਸਾਰਥਕ ਹੋਣੀ ਚਾਹੀਦੀ ਹੈ ਚਰਚਾ, ਜਿਹਨਾਂ ਨੂੰ ਚਰਚਾ ਜੋ ਰਸ ਹੁੰਦਾ ਚਾਹੇ ਵਿਰੋਧੀ ਹੋਈ ਹੈ ਉਹ ਨਹੀਂ। ਰਸੰਗ ਰੁਦਰ ਰਾਚੇ ਉਭੇ ਯੁੱਧ ਮਾਚੇ, ਹਾਂ ਉਹ ਉਭੇ ਯੁੱਧ ਨੂੰ ਨੇ ਵੀ ਚਰਚਾ ਕਰੋ ਚਰਚਾ ਕਰੋ, ਉਹ ਲੜਾ ਉਹਨਾਂ ਨੂੰ ਨਹੀਂ ਕੋਈ ਚਿੰਤਾ, ਉਹਨਾਂ ਕਹਿ ਛੇਤੀ ਛੇਤੀ ਪ੍ਰਾਪਤੀ ਹੋਵੇ ਕੁਛ, ਉਹ ਚਰਚਾ ਨੂੰ ਅਕਾਲੇ ਨੇ ਕਰੇ ਬਾਣ ਉਹਨਾਂ ਨੂੰ ਚਰਚਾ ਚੋਂ ਰਸ ਆਉਂਦਾ। ਦੇਖੋ ਕੁਛ ਆਦਮੀਆਂ ਰਸ ਵਾਲੇ ਵੀ ਨੇ ਜਿਹਨੂੰ ਰਸ ਆਉਂਦਾ, ਕੁਛ ਆਦਮੀਆਂ ਨੇ ਉਹਨਾਂ ਨੂੰ ਗੁੱਸਾ ਆਉਂਦਾ, ਕੁਛ ਆਦਮੀ ਆਨੰਦ ਹੋਏ ਬੈਠੇ ਨੇ, ਉਹਨੇ ਤਸੱਲੀ ਹੋ ਗਈ ਵੀ ਸੁਣੀ ਜਾਓ ਸਭ ਕੁਝ ਠੀਕ ਹੈ। ਛਕੇ ਸੁਰ ਸੋਹਮ, ਹਾਂ ਛਕੇ ਸੁਰ ਸੋਹਮ, ਕਰੇ ਬਾਣ ਅਰਚਾ ਧਨੁਰਵੇਦ ਚਰਚਾ, ਕਰੇ ਬਾਣ ਅਰਚਾ, ਦੇਖੋ ਬਾਣ ਅਰਚਾ ਕਰਦੇ ਨੇ, ਅਰਚਾ ਕਰਨਾ ਹੁੰਦਾ ਅਰਚਾ ਪੂਜਾ ਹੁੰਦਾ, ਇਹ ਬਾਣਾਂ ਦੀ ਤਾਂ ਅਰਚਾ ਕਰਦੇ ਨੇ ਉਹ, ਜਿਵੇਂ ਕੋਈ ਚੀਜ਼ ਦੇਈ ਦੀ ਹੈ। ਅਰਚਾ ਹੁੰਦਾ ਸਵਾਲ ਕਰਨਾ ਨਿਮਰਤਾ ਨਾਲ, ਇੱਕ ਹੁੰਦਾ ਗੁੱਸੇ ਨਾਲ ਮਾਰਨਾ ਉਹ ਤੀਰ ਹੈ, ਜਿਹੜੇ ਸਿੱਧਾਂ ਨੇ ਸਵਾਲ ਕੀਤੇ ਨੇ ਉਹ ਅਰਚਾ, ਆਪਣੀ ਸ਼ੰਕਾ ਨਿਵਾਰਨ ਕਰਨ ਵਾਸਤੇ ਜਿਹੜਾ ਸਵਾਲ ਕਰਨਾ ਉਹ ਬਾਣ ਅਰਚਾ ਦਾ, ਸਾਹਮਣੇ ਪੇਸ਼ ਕੀਤਾ ਨਾ ਆਪਾਂ ਨੇ ਚੜਾਇਆ ਕੁਛ ਚੜਾਵੇ ਵਾਂਗੂ ਪੇਸ਼ ਕੀਤਾ ਉਹ ਅਰਚਾ ਹੁੰਦੀ ਹੈ। ਕਣੇ ਬਾਣ ਅਰਚਾ ਧਨੁਰਵੇਦ ਚਰਚਾ, ਧਨੁਰਵੇਦ ਚਰਚਾ, ਆ ਦੇਖੋ ਧਨੁਰਵੇਦ ਚਰਚਾ ਚਰਚਾ, ਇੱਥੇ ਵੇਦ ਚਰਚਾ ਗਿਆਨ ਦੀ ਚਰਚਾ, ਧਨੁਰ ਕੌਣ ਧਨਵਾਨ ਨੇ ਜਿਹੜੇ, ਧਨੁਰ ਹੁੰਦਾ ਧਨਵਾਨ ਜਿਹਨੂੰ ਗਿਆਨੀ ਨੇ, ਗਿਆਨੀਆਂ ਨਾਲ ਜਿਹੜੇ ਗਿਆਨੀ ਨੇ ਜਿਹਨਾਂ ਨੇ ਆਪਣੇ ਸਵਾਲ ਆ ਕੇ ਪੇਸ਼ ਕੀਤੇ ਨੇ, ਉਹਨਾਂ ਨਾਲ ਵੇਦ ਚਰਚਾ ਹੋ ਰਹੀ ਹੈ ਗਿਆਨ ਦੀ। ਦੇਖੋ ਸਾਫ ਹੋ ਗਈ, ਹੁਣ ਇੱਥੋਂ ਦੱਸੋ ਕੀ ਰਹਿ ਗਿਆ, ਕੋਈ ਭੁਲੇਖੇ ਵਾਲੀ ਗੱਲ ਰਹਿ ਗਈ? ਜੇ ਇਹਨੂੰ ਵੀ ਹਥਿਆਰੇ ਬਣਾ ਕੇ ਪੇਸ਼ ਕਰ ਦਈਏ ਤਾਂ ਗਈ ਗੱਲ। ਧਨੁਰ ਧਨਵਾਨ ਵੇਦ ਚਰਚਾ ਕਿਉਂ ਹੋ ਰਹੀ ਹੈ? ਤੇ ਵੇਦ ਚਰਚਾ ਹੋ ਰਹੀ ਹੈ ਇਹਦੇ ਲੜਾਈ ਹੋ ਰਹੀ ਹੈ। ਪੰਗਤੀਆਂ ਐਸੀਆਂ ਛੱਡ ਦਿੱਤੀਆਂ ਤੁਹਾਨੂੰ ਪਲਟ ਕੇ ਪੁੱਠਾ ਕਰਕੇ ਮਾਰ ਦਿੰਦੀਆਂ ਨੇ। ਧਨੁਰ ਵੇਦ ਚਰਚਾ, ਮਛੇ ਵੀਰ ਵੀਰੰ ਉੱਠੀ ਝਾੜ ਤੀਰੰ, ਮਟੇ ਵੀਰ ਵੀਰੰ ਵੀਰ ਵੀਰਾਂ ਨਾਲ ਉੱਠੀ ਝਾੜ ਉੜਜਦੇ ਨੇ, ਉੜਜ ਜਿਵੇਂ ਵਕੀਲ ਉੜਜਦੇ ਹੁੰਦੇ, ਲੜਦੇ ਥੋੜੀ ਹੁੰਦੇ ਨੇ, ਵਕੀਲ ਐਂ ਲੱਗਦੇ ਨੇ ਲੜਦੇ ਨੇ, ਉਸ ਵੇਲੇ ਜੋਸ਼ ਵੀ ਆਉਂਦਾ ਲੜਦੇ ਵੀ ਨੇ, ਪਰ ਉਹ ਥੋੜੀ ਲੜਦੇ ਨੇ, ਵਕੀਲਾਂ ਵਾਲੀ ਲੜਾਈ ਲੜਦੇ ਨੇ। ਕੁਛ ਆਦਮੀ ਵਕੀਲਾਂ ਵਾਲੀ ਲੜਾਈ ਵੀ ਲੜਦੇ ਨੇ, ਕੁਛ ਆਦਮੀ ਸ਼ੰਕਾ ਨਿਵਾਰਨ ਵਾਲੀ ਗੱਲ ਕਰਦੇ ਨੇ, ਅੱਡ ਅੱਡ ਸੁਭਾਅ ਨੇ ਸਾਰਿਆਂ ਦੇ। ਉੱਠੀ ਝਾੜ ਤੀਰੰ, ਉੱਠੀ ਝਾੜ ਤੀਰੰ, ਜਿੱਥੇ ਉਹ ਦੂਏ ਲੋਟ ਰਲ ਜਾਂਦੇ ਨੇ ਉੱਥੇ ਉੱਥੇ ਤੀਰ ਉਹ ਜਿਹਾ ਵੱਜ ਜਾਂਦਾ, ਗਲੋਂ ਗੱਡ ਉੱਥੇ ਜਵਾਬ ਵੀ ਉਹ ਜਿਹਾ ਹੀ ਮਿਲਦਾ ਉਹਨੂੰ। ਗਲੋਂ ਗੱਡ ਹੋਰ ਹੈ ਨਹੀਂ ਨੈਣ ਮੋਰ ਹੈ,